मैनू बड़ा अफसोस नाल कहना पैंदा है कि पंजाब सरकार वालों जिस तरीके का बेरुखी का रवैया जिहड़े साडे प्लेयर ने खास तौर पर पैरा गेम्स जिहड़े भाग लैंदे ने जिहड़े किसी ना किसी कारण करके डिसेबल्ड ने उन्हां दी अणदेखी की जा रही है, उन्हां नूं उन्हां दा बनदा मान सम्मान नहीं दे रहे दिता जा रहा है। ਮੈਨੂੰ ਇੱਥੇ ਆਉਣ 'ਤੇ ਟਿੱਲੂ ਜੀ ਨੇ ਦੱਸਿਆ ਵਿਸ਼ੇਸ਼ ਤੌਰ 'ਤੇ ਵੀ ਇੱਥੇ ਬੜਾ ਹੋਣਹਾਰ ਬੱਚਾ ਹੈ ਤਰਨ ਸ਼ਰਮਾ ਜਿਹੜਾ ਇੰਟਰਨੈਸ਼ਨਲ ਪੈਰਾ ਕਰਾਟੇ ਦਾ ਚੈਂਪੀਅਨ ਹੈ, ਪਲੇਅਰ ਹੈ ਜਿਹਨੇ ਦੇਸ਼ ਵਿਦੇਸ਼ ਵਿੱਚ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਇੰਡੀਆ ਦੇ ਵਿੱਚ ਜਿਹੜਾ ਨੈਸ਼ਨਲ ਲੈਵਲ 'ਤੇ ਗੋਲਡ ਮੈਡਲਿਸਟ ਵੀ ਹੈ, ਇਹਦੇ ਸਾਰੇ ਸਰਟੀਫਿਕੇਟ ਸਾਰੇ ਮੈਡਲ ਵੀ ਸਾਨੂੰ ਦਿਖਾਏ। ਕਿਉਂਕਿ ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਸ ਤਰੀਕੇ ਦਾ ਬੇਰੁਖੀ ਦਾ ਰਵੱਈਆ ਜਿਹੜੇ ਸਾਡੇ ਪਲੇਅਰ ਨੇ ਖਾਸ ਤੌਰ 'ਤੇ ਪੈਰਾ ਜਿਹੜੇ ਕਿਸੇ ਨਾ ਕਿਸੇ ਕਾਰਨ ਕਰਕੇ ਡਿਸੇਬਲਡ ਨੇ ਉਹਨਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ, ਉਹਨਾਂ ਨੂੰ ਉਹਨਾਂ ਦਾ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਜਾ ਰਿਹਾ। ਅਤੇ ਮੈਂ ਖੁਦ ਸਪੋਰਟਸ ਦੇ ਨਾਲ ਜੁੜਿਆ ਹੋਣ ਕਰਕੇ ਇਹ ਗੱਲ ਜਾਣਦਾ ਵੀ ਅੱਜ ਪੈਰਾ ਸਪੋਰਟਸ ਨੂੰ ਵੀ ਵਿਸ਼ਵ ਦੇ ਵਿੱਚ ਓਨੀ ਹੀ ਮਾਨਤਾ ਹੈ ਜਿੰਨੀ ਦੂਜੀਆਂ ਗੇਮਸ ਨੂੰ ਹੈ, ਅਤੇ ਇਹਨਾਂ ਨੂੰ ਵੀ ਬਣਦਾ ਹੱਕ ਇਹਨਾਂ ਦਾ ਮਿਲਣਾ ਚਾਹੀਦਾ। ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਨੇ ਉਹਨਾਂ 'ਚੋਂ ਇੱਕ ਵੀ ਇਹਨੂੰ ਨਹੀਂ ਮਿਲੀ, ਇਹ ਨਾ ਤਾਂ ਇਹਨੂੰ ਕੋਈ ਜੋਬ ਮਿਲੀ ਹੈ। ਜਿਹੜਾ ਇੰਟਰਨੈਸ਼ਨਲ ਮੈਡਲਿਸਟ ਹੋਣ ਦੇ ਬਾਵਜੂਦ ਵੀ ਨਾ ਇਹਨੂੰ ਕੋਈ ਸਰਕਾਰ ਦੀ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਮਿਲੀ ਹੈ, ਅਤੇ ਸਰਕਾਰ ਨੂੰ ਇਹ ਸਾਰਾ ਛੱਡ ਕੇ ਇਹਨੂੰ ਬਣਦਾ ਜਿਹੜਾ ਇਹਦਾ ਮਾਣ ਸਤਿਕਾਰ ਜਿਹੜੇ ਇਹਦੇ ਹੱਕ ਨੇ ਉਹ ਮਿਲਣੇ ਚਾਹੀਦੇ ਨੇ। ਮੈਂ ਦੱਸਣਾ ਚਾਹੁੰਦਾ ਮੇਰੇ ਕੋਲ ਵੀ ਪੈਰਾਲੰਪੀਅਨ ਰਹੇਲੂ ਜਿਹੜਾ ਜਿਹੜਾ ਹੈ ਵੇਟ ਲਿਫਟਿੰਗ ਚੈਂਪੀਅਨ ਸੀ, ਪਾਵਰ ਲਿਫਟਿੰਗ ਇੰਟਰਨੈਸ਼ਨਲ ਵਰਲਡ ਗੋਲਡ ਸਿਲਵਰ ਮੈਡਲਿਸਟ ਸੀ, ਉਹ ਮੇਰੇ ਕੋਲ ਆਏ ਸੀ ਅਤੇ ਜਦ ਪਿਛਲੀ ਸਰਕਾਰ ਸਮੇਂ 'ਤੇ ਮੈਂ ਗੱਲ ਕਰਕੇ ਉਹਨੂੰ ਇੱਕ ਕੋਚ ਦੀ ਨੌਕਰੀ ਵੀ ਦਿਵਾਈ ਸੀ ਅਤੇ ਸਰਕਾਰ ਵੱਲੋਂ ਉਹਨਾਂ ਨੂੰ ਆਰਥਿਕ ਮਦਦ ਵੀ ਦਿੱਤੀ ਗਈ ਸੀ। ਸੋ ਇਸੇ ਤਰ੍ਹਾਂ ਮੈਂ ਸਮਝਦਾ ਸਾਰੇ ਪੈਰਾ ਐਥਲੀਟਸ ਵਾਸਤੇ ਸਰਕਾਰ ਨੂੰ ਪੋਲਿਸੀ ਬਣਾਉਣੀ ਚਾਹੀਦੀ ਹੈ ਅਤੇ ਇਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ। ਅਤੇ ਮੈਨੂੰ ਇਸ ਗੱਲ ਦਾ ਅਸੀਂ ਇਹਨੂੰ ਟੇਕਅਪ ਕਰਾਂਗੇ, ਮੈਂ ਮੁੱਖ ਮੰਤਰੀ ਅਤੇ ਸਪੋਰਟਸ ਮਿਨਿਸਟਰ ਉਹਨਾਂ ਨੂੰ ਚਿੱਠੀ ਵੀ ਲਿਖਾਂਗਾ ਵੀ ਇਹਨਾਂ ਇਸ ਬੱਚੇ ਨੂੰ ਇਹਦਾ ਹੱਕ ਮਿਲਣਾ ਚਾਹੀਦਾ ਹੈ, ਇਹਨੂੰ ਤੁਸੀਂ ਮਦਦ ਕਰੋ ਤਾਂ ਕਿ ਇਹ ਹੋਰ ਵੀ ਅੱਗੇ ਵੱਧ ਸਕੇ। ਅੱਜ ਇਹਦੀ ਉਮਰ ਛੋਟੀ ਹੈ ਤਾਂ ਇੰਟਰਨੈਸ਼ਨਲ ਲੈਵਲ 'ਤੇ ਹਜੇ ਵੀ ਪਾਰਟੀਸਪੇਟ ਕਰ ਸਕਦਾ, ਇਹਨੂੰ ਇਹਦੀ ਯੋਗਤਾ ਅਨੁਸਾਰ ਜੇ ਜੋ ਕੰਮ ਇਹ ਕਰ ਸਕਦਾ ਉਹਦੇ ਮੁਤਾਬਕ ਇਹਨੂੰ ਸਰਕਾਰੀ ਜੋਬ ਵੀ ਮਿਲਣੀ ਚਾਹੀਦੀ, ਇੰਨਾ ਨਾਂ ਇਹਨੇ ਰੋਸ਼ਨ ਕੀਤਾ। ਅਤੇ ਬਾਕੀ ਮੈਂ ਧੰਨਵਾਦੀ ਹਾਂ ਟਿੱਲੂ ਜੀ ਨੇ ਇਹ ਫੈਸਲਾ ਵੀ ਕੀਤਾ ਵੀ ਸਰਕਾਰ ਕੁਛ ਦੇਵੇ ਨਾ ਦੇਵੇ ਇਹ ਆਪਣੇ ਵੱਲੋਂ ਸਾਡੀ ਪਾਰਟੀ ਦੇ ਨੁਮਾਇੰਦੇ ਹੋਣ ਦੇ ਨਾਤੇ 2500 ਰੁਪਈਆ ਕਹਿੰਦੇ ਮੈਂ ਹਰ ਮਹੀਨੇ ਇਹਨੂੰ ਬੱਚੇ ਨੂੰ ਆਪਦੇ ਵੱਲੋਂ ਦਿਆ ਕਰਾਂਗਾ। ਸੋ ਬਹੁਤ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਕਿ ਹਰ ਮਹੀਨੇ ਇਹਨਾਂ ਨੇ ਇਹਨਾਂ ਨੂੰ ਮਦਦ ਕਰਨ ਦਾ। ਅਤੇ ਹੋਰ ਤਰ੍ਹਾਂ ਹੋਰ ਵੀ ਇਹਦਾ ਇੱਕ ਚਲੋ ਸਪੋਰਟ ਹੈਗੀ ਹੈ ਵੀ ਬੱਚਾ ਆਪਦਾ ਪ੍ਰੈਕਟਿਸ ਕਰ ਸਕੇ, ਖੁਰਾਕ ਇਹ ਚੰਗੀ ਲੈ ਸਕੇ, ਹੋਰ ਵੀ ਕਿਸ ਤਰ੍ਹਾਂ ਦੀ ਵੀ ਕੋਈ ਮਦਦ ਹੋਈ ਅਸੀਂ ਇਹਦੀ ਕਰਾਂਗੇ। ਪਰ ਜਿਹਦੀ ਸਭ ਤੋਂ ਪਹਿਲੀ ਡਿਊਟੀ ਬਣਦੀ ਹੈ ਪੰਜਾਬ ਸਰਕਾਰ ਦੀ, ਉਹਨਾਂ ਨੂੰ ਮੈਂ ਜ਼ਰੂਰ ਕਹਾਂਗਾ ਵੀ ਇਹ ਜਲਦੀ ਤੋਂ ਜਲਦੀ ਇਸ ਬੱਚੇ ਦਾ ਕੁਛ ਕੀਤਾ ਜਾਵੇ ਅਤੇ ਤਾਂ ਕਿ ਇਹ ਅੱਗੇ ਹੋਰ ਤਗੜਾ ਹੋ ਕੇ ਪਾਰਟੀਸਪੇਟ ਕਰੇ ਅਤੇ ਪੰਜਾਬ ਦਾ ਨਾਂ ਰੋਸ਼ਨ ਕਰੇ। ਦੇਖੋ ਇਹ ਇਹ ਕੋਈ ਇਕੱਲੀ ਨਹੀਂ, ਪੰਜਾਬ ਸਰਕਾਰ ਦੀਆਂ ਬਹੁਤ ਨਾਹਲੀਅਤਾਂ ਨੇ, ਉਹ ਕੋਈ ਵੀ ਵਰਗ ਨੂੰ ਖੁਸ਼ ਨਹੀਂ ਰੱਖ ਸਕੀ ਪੰਜਾਬ 'ਚ। ਅੱਜ ਦੱਸ ਦਿਉ ਵੀ ਕੋਈ ਵੀ ਪੰਜਾਬ ਦਾ ਕੋਈ ਵਰਗ ਖੁਸ਼ ਹੋਵੇ, ਚਾਹੇ ਸਾਡੇ ਦਲਿਤ ਪਰਿਵਾਰ ਨੇ, ਚਾਹੇ ਕਿਸਾਨ ਵੀਰ ਨੇ, ਚਾਹੇ ਵਪਾਰੀ ਹੈ, ਮੁਲਾਜ਼ਮ ਹੈ, ਚਾਹੇ ਆ ਸਾਡੇ ਸਪੋਰਟਸਮੈਨ ਨੇ,
पैरा एथलीट्स ने पहला भी मुख्यमंत्री के घर के बाहर धरना दिता सीगा कि उन्होंने किसी भी पैरा एथलीट की कोई मंग नहीं मनी जा रही। तो यह सारी वर्ग जिहड़ा सरकार की कारगुजारी तो नाखुश ने ते असंतुष्ट ने। सो सरकार नूं यही मैं कहांगा भी ये आपदियां सुधार करन। ते नवजोत सिंह सिद्धू साढ़े जिहड़े कांग्रेस के नवें प्रधान बने ने उन्होंने बहुत वड्डे वड्डे लोगों नूं वादे किए ने भी असीं आह करांगे। हुण तां उह प्रधान बन गए कांग्रेस के, हुण उन्हां दी सरकार दे विच चलदी भी है सेह भी है। उन्हां नूं भी आप स्पोर्ट्समैन होण दे नाते यह जो बच्चों की मदद लिए अगे आना चाहिए। तुम कह रहे हो कि नवजोत सिंह सिद्धू की सेह है, नवजोत सिंह सिद्धू की चलती है, पर कांग्रेस के अंदर तो फुट जग जाहिर हो चुकी है। नहीं देखो प्रधान का बड़ा वड्डा गल यह है, प्रधान का बड़ा वड्डा रोल होंगे है, पर जिहड़ी पार्टी जिहदी सरकार होवे उहदा प्रधान मुख्यमंत्री के बराबर का नहीं तो कह सकते दूजे नंबर पर उही होंगे है। तो उन्हां दी सरकार की पॉलिसियां बनाउण च पॉलिसीज़ नूं अगे लिजाउण च पार्टी का बहुत वड्डा रोल होंगे है। सो जरूर वह जो चाहन तो करवा सकते हैं, क्यों नहीं करवा सकते। देखो बाद जब कांग्रेस नाल नहीं मैं कहाँगा कैप्टन अमरिंदर सिंह नाल रले हुए, कैप्टन अमरिंदर सिंह बादल परिवार नाल रले हुए ने, दोनों आपस में रल के खेड रहे हैं क्योंकि उदो इन्होंने इन्हों के केस वापस ले, कैप्टन अमरिंदर सिंह के केस वापस ले। तो कैप्टन अमरिंदर सिंह ने आने तो बादल परिवार की व्यापार की प्रफुल्लित करने ली उन्हां दी मदद की, उस तरह ट्रांसपोर्ट जी है वो कोई टाइम नहीं चेंज किए, कोई नशियां की इनकुआरी है अज देखो ठप पई है, तो जोड़े होर केबल माफिया उवें चल रहेगा, तुम हर पक्ष तो देखो रेत माफिया उवें चल रहेगा, सारा कुछ उस तरीके चल रहा। सो कितना कितने इन्हों की आपस गंढ तो पैते आपस एक दूजे का रल के ये चला रहे हैं। इन्हों की एक ही सोच है भी चलो 5 साल तुम करो 5 साल असी करते हैं, तो इन का होर पंजाब में कोई सरोकार नहीं। ये स्पष्ट है भी दोनों आपस रले हुए हैं। बरगाड़ी केस का जो फैसला सी कोर्ट के जिमें लड़िया गया केस तो जिहा जहा फैसला आया उतों तो स्पष्ट हो गया भी ये कांग्रेस की कैप्टन अमरिंदर सिंह की सपोर्ट तो बिना यह जहा फैसला नहीं आ सकता। तुहाडियां गल्लां तो जिहा जोर भी उत्तर काटो मैं चढ़ा की नीति बनाई हुई है इन्होंने। देखो है ही है वो तो अज तक पंजाब जग जाहिर हो गया कि इन दोनों की ये बिल्कुल जिमें तुम एन सही गल कही है भी उत्तर काटू मैं चढ़ा वो इन्हों की दोनों परिवारों की आपस गल है। तो मैनू इस गल का भी भरोसा है भी इन्होंने चोणों में पंजाब के लोग ये दोनों की जोड़ी आपसी खेड है उन्होंने खत्म कर दें। आम आदमी पार्टी ने हर महीने 300 यूनिट फ्री देने का वादा किया, तो सारे पिछले बिल माफ़ कर वादा किया, उन्होंने देख दौ श्रोमणी अकाली दल ने भी पत्ता सीटे अपना जो सियासत पक्षों है 400 यूनिट देने का, तुम्हें की लगता है भी लोग इन्हां दी गल्लां उत्ते विश्वास करनगे? देखो दो चीज़ां ने, जिहड़ी तां अकाली दल ने कहा है वह कह भी असी 400 यूनिट हर परिवार का माफ़ करांगे, चाहे कोई अमीर है चाहे गरीब है कोई भी है जिहदा कोई कनैक्शन लगे कंज्यूमर का घरेलू उहदा असी माफ़ करांगे, वह तो किसी हाल तक भी संभव नहीं। पर जिहड़ी आम आदमी पार्टी है उन्हां दा अज भी इस गल च दुविधा हैगी है भी उन्हां ने सिर्फ उन्हां दा माफ़ करना है जिन्हां दा 300 यूनिट तक आएगा कि सारियां दा करनगे, तो जे तो वह सारियां दी गल करदे तां मैं नहीं समझदा कीता जा सकदा। हाँ जे वह ये समझदे भी जिन्हां दी 300 यूनिट तो थले खपत होएगी उहनां नूं असीं माफ़ करांगे, वो संभव है। 300 यूनिट हर महीने मीनस नहीं नहीं हर महीने 300 यूनिट सिर्फ 300 यूनिट जो उस तो वध गया सारा बिल लिया जाएगा, ये चीज़ का अज वो हैगा। अकाली दल ने तो जी वादा किया भी चाहे 1000 यूनिट वरतो थोड़ू 400 यूनिट माफ़ है, वो पॉसीबल नहीं है। वह तो बहुत वड्डी राशि बन जाती है, तकरीबन 1700 करोड़ रुपया हर महीने का चाहिए है सिर्फ 400 यूनिट हर व्यक्ति माफ़ करनी। सो बिल्कुल ही कोरा झूठ है, किसी तरीके भी लागू नहीं किया जा सकता, ना ही सूबे की इन्नी समर्था है इन्ना पैसा भी वो स्कीम लागू की जा सकती है। आम आदमी पार्टी ते श्रोमणी अकाली दल बादल जिहड़ा है आम आदमी पार्टी जे आम आदमी पार्टी की जे तो वह कहें भी असी 300 यूनिट तक माफ़ करांगे जिदा उदू वध आ गया फिर सारा बिल लिया जाऊगा, वह तो लागू हो सकता। पर जे वह कहें भी असी 300 यूनिट सारिया का जिन्ना मर्जी बिल आता हो 300 यूनिट माफ़ करांगे वो नहीं लागू हो सकता। सो इस दो चीज़ा ने उस क्लैरिफिकेशन ना आम आदमी ने दी अज तक उस चीज़ बारे, तो जो क्लैरीफाई तो ही मैं उन्होंने बारे वो अज टिप्पणी नहीं कर सकता क्योंकि उन्होंने क्लैरीफाई नहीं किया। श्रोमणी अकाली दल संयुक्त दी की तैयारियां ने आने वाली 2000 देखो असी एक तो साड़ी जथेबंदी झांडा तैयार हो रही है,
ਸਾਡੇ ਜ਼ਿਲ੍ਹਾ ਪੱਧਰ 'ਤੇ ਪੰਜਾਬ ਦੀ ਜਥੇਬੰਦੀ ਤਿਆਰ ਹੋ ਚੁੱਕੀ ਹੈ, ਅਸੀਂ ਸਰਕਲਾਂ ਦੀਆਂ ਤਿਆਰੀਆਂ ਕਰ ਰਹੇ ਹਾਂ ਅਤੇ ਛੇਤੀ ਪਿੰਡ ਲੈਵਲ 'ਤੇ ਸਾਡੀਆਂ ਇਕਾਈਆਂ ਸਾਰੀਆਂ ਤਿਆਰ ਹੋ ਜਾਣਗੀਆਂ। ਲੋਕਾਂ 'ਚ ਅਸੀਂ ਸਾਰੀਆਂ ਸੀਟਾਂ 'ਤੇ ਪੰਜਾਬ ਦੇ ਵਿੱਚ ਤਿਆਰੀ ਕਰਾਂਗੇ ਅਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਲੋਕਾਂ 'ਚ ਮੁੱਦੇ ਲੈ ਕੇ ਜਾਏਗੀ ਉਹ ਸੱਚ ਦੇ ਆਧਾਰ 'ਤੇ ਲਈ ਜਾਏਗੀ। ਅਸੀਂ ਕੋਈ ਲੋਕਾਂ ਨੂੰ ਗੁੰਮਰਾਹ ਨਹੀਂ ਕਰਾਂਗੇ, ਕੋਈ ਝੂਠਾ ਵਾਅਦਾ ਨਹੀਂ ਕਰਾਂਗੇ। ਅਸੀਂ ਚਾਹੁੰਦੇ ਪੰਜਾਬ ਦੇ ਆਉਣ ਵਾਲੇ 10-20 ਸਾਲ ਦਾ ਭਵਿੱਖ ਨੂੰ ਲੈ ਕੇ ਅਸੀਂ ਇੱਕ ਏਜੰਡਾ ਤਿਆਰ ਕਰੀਏ ਜਿਹੜਾ ਪੰਜਾਬ ਨੂੰ ਅੱਗੇ ਲਿਜਾਣ ਵਾਲਾ ਹੋਵੇ, ਪੰਜਾਬ ਦੇ ਨੌਜਵਾਨਾਂ ਨੂੰ ਪੈਰਾਂ 'ਤੇ ਖੜ੍ਹਾ ਕਰਨ ਵਾਲਾ ਹੋਵੇ, ਪੰਜਾਬ ਦੇ ਭਵਿੱਖ ਨੂੰ ਸਾਰਨ ਵਾਲਾ ਹੋਵੇ, ਨਾ ਕਿ ਲੋਕਾਂ ਨੂੰ ਜਿਹੜਾ ਫ੍ਰੀ ਦੀਆਂ ਚੀਜ਼ਾਂ ਦਾ ਲਾਲਚ ਦੇ ਕੇ ਵੋਟਾਂ ਹਾਸਲ ਕਰਨ ਵਾਲਾ ਹੋਵੇ। ਸੋ ਅਸੀਂ ਇੱਕ ਦੇਵਾਂਗੇ ਅਸੀਂ ਵੀ ਸਹੂਲਤਾਂ, ਪਰ ਅਸੀਂ ਜਿਹੜੀ ਹੈ ਜੋ ਅਸੀਂ ਦੇ ਸਕਦੇ ਹਾਂ, ਜੋ ਸਰਕਾਰ ਕਿਸੇ ਦੀ ਸਮਰੱਥਾ ਦੇ ਵਿੱਚ ਹੈ ਉਹੀ ਐਲਾਨ ਕਰਾਂਗੇ। ਢੀਂਡਸਾ ਸਾਹਿਬ ਅਕਾਲੀ ਦਲ ਬਾਦਲ ਦੇ ਟਾਈਮ ਜੋ ਬਿਜਲੀ ਦੇ ਸਮਝੌਤੇ ਹੋਏ ਸੀਗੇ ਉਹ ਸਮਝੌਤੇ ਅਜੇ ਤੱਕ ਕੈਪਟਨ ਸਰਕਾਰ ਨੇ ਰੱਦ ਨਹੀਂ ਕੀਤੇ, ਲੋਕਾਂ ਨੂੰ 10 ਰੁਪਏ ਦੇ ਇਰਦ ਗਿਰਦ ਯੂਨਿਟ ਪੈ ਰਹੇ ਆ, ਤੁਸੀਂ ਕੀ ਰਾਹਤ ਦੇ ਸਕਦੇ ਹੋ? ਕੋਰੋਨਾ ਦੀ ਜਿਹੜੀ ਮਹਾਂਮਾਰੀ ਫੈਲੀ ਹੈ, ਆਰਥਿਕ ਤੌਰ 'ਤੇ ਲੋਕਾਂ ਦੇ ਜਿਹੜਾ ਹੈਗਾ ਲੱਕ ਟੁੱਟ ਚੁੱਕੇ ਆ, ਪਰੰਤੂ ਨਾ ਕੇਂਦਰ ਸਰਕਾਰ ਨੇ ਨਾ ਪੰਜਾਬ ਸਰਕਾਰ ਨੇ ਕਿਸੇ ਬਾਂਹ ਨਹੀਂ ਫੜੀ, ਮੱਧ ਵਰਗੀ ਦੱਬਿਆ ਕੁਚਲਿਆ ਜਾ ਚੁੱਕੇ ਆ, ਤੁਹਾਡੀ ਸਰਕਾਰ ਕੀ ਰਾਹਤ ਦਊਗੀ, ਕੀ ਭਰੋਸਾ ਤੁਹਾਡੇ ਤੋਂ ਲੋਕ ਸਮਝਣ ਲੈ? ਦੇਖੋ ਅਸੀਂ ਤਾਂ ਜਿਹੜੇ PPAs ਨੇ ਉਹ ਰੱਦ ਹੋਣੇ ਚਾਹੀਦੇ, ਰੱਦ ਨਾਲੋਂ ਜ਼ਿਆਦਾ ਜੇ ਉਹ ਰੀਨੈਗੋਸ਼ੀਏਟ ਹੋ ਕੇ ਦੁਬਾਰੇ ਸਮਝੌਤੇ ਹੋਣ ਤਾਂ ਬਹੁਤ ਵਧੀਆ ਹੋਏਗਾ, ਕਿਉਂਕਿ ਉਹਨਾਂ 'ਚ ਐਸੀਆਂ ਕਈ ਮੱਦਾਂ ਨੇ ਜਿਹੜੀਆਂ ਇੱਕ ਪਾਸੜ ਨੇ, ਜਿਹੜੀਆਂ ਪੰਜਾਬ ਸਰਕਾਰ ਦੇ ਉਲਟ ਨੇ ਅਤੇ ਸੂਬੇ ਦੀ ਜਿਹੜੀ ਹੈ ਉਹਨਾਂ ਥਰਮਲ ਪਲਾਂਟ ਦੇ ਮਾਲਕਾਂ ਦੇ ਹੱਕ 'ਚ ਨੇ। ਸੋ ਉਹਨਾਂ ਜਿਹੜੀਆਂ ਮੱਦਾਂ ਨੇ ਉਹਨਾਂ ਨੂੰ ਰੀਨੈਗੋਸ਼ੀਏਟ ਕਰਕੇ, ਰੇਟ ਨੂੰ ਰੀਨੈਗੋਸ਼ੀਏਟ ਕਰਕੇ ਦੁਬਾਰੇ ਸਮਝੌਤੇ ਹੋਣੇ ਚਾਹੀਦੇ। ਸਰਕਾਰ ਕੋਲ ਬੜੇ ਸਾਧਨ ਹੁੰਦੇ ਨੇ ਦਬਾਅ ਪਾਉਣ ਦੇ, ਸਰਕਾਰ ਰੱਦ ਵੀ ਕਰ ਸਕਦੀ ਹੈ, ਬਿੱਲ ਲਿਆ ਕੇ ਵਿਧਾਨ ਸਭਾ ਦੇ ਵਿੱਚ PPA ਨੂੰ ਰੱਦ ਕਰਨ ਦਾ ਕੋਈ ਸਪੈਸ਼ਲ ਕਾਨੂੰਨ ਬਣਾ ਸਕਦੀ ਹੈ, ਜਿਹੜਾ ਕੋਈ ਨਾ ਕੋਰਟ 'ਚ ਚੈਲੇਂਜ ਵੀ ਇਹਨਾਂ ਨਹੀਂ ਸੌਖੇ। ਕੈਪਟਨ ਸਾਹਿਬ ਕਿਉਂ ਨਹੀਂ ਕਰ ਰਹੇ, ਕੀ ਮਜਬੂਰੀ ਹੈ ਉਹਨਾਂ ਦੀ? ਜ਼ਿਆਦਾ ਤਾਂ ਕੈਪਟਨ ਸਾਹਿਬ ਦੱਸ ਸਕਦੇ ਆ, ਜਾਂ ਤਾਂ ਉਹ ਬਾਦਲ ਪਰਿਵਾਰ ਨੂੰ ਬਚਾਉਣਾ ਚਾਹੁੰਦੇ ਆ ਜਾਂ ਉਹ ਕੰਪਨੀਆਂ ਨੂੰ ਬਚਾਉਣਾ ਚਾਹੁੰਦੇ ਆ, ਦੋਨਾਂ 'ਚੋਂ ਇੱਕ ਚੀਜ਼ ਤਾਂ ਹੈਗੀ ਹੈ, ਪਰ ਪਿਛੜ ਰਿਹਾ ਪੰਜਾਬ ਦਾ ਬੰਦਾ। ਦੇਖੋ ਅੱਜ ਮੈਂ ਹੁਣ ਦੂਜੀਆਂ ਪਾਰਟੀਆਂ ਬਾਰੇ ਤਾਂ ਕੁਛ ਨਹੀਂ ਕਹਿ ਸਕਦਾ ਵੀ ਉਹਨਾਂ ਦੀ ਕੀ ਸੋਚ ਹੈ, ਕੀ ਉਹਨਾਂ ਦਾ ਨਿਸ਼ਾਨਾ ਹੈ, ਉਹ ਤਾਂ ਉਹੀ ਦੱਸ ਸਕਦੇ ਨੇ। ਸਾਡਾ ਨਿਸ਼ਾਨਾ ਇਹ ਹੈ ਕਿ ਅਸੀਂ ਪੰਜਾਬ ਦੀ ਤਰੱਕੀ ਲਈ ਅਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਸਿਧਾਂਤ ਨੇ, ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਅਸਲ ਮੁੱਦੇ ਸੀ, ਉਹਨਾਂ ਦੀ ਅਸੀਂ ਲੜਾਈ ਲੜਾਂਗੇ। ਅਸੀਂ ਕੋਈ ਸ਼ੋਰਟ ਟਰਮ ਗੇਨ ਵਾਸਤੇ ਕਦੇ ਵੀ ਕੋਈ ਐਸਾ ਸਮਝੌਤਾ ਨਹੀਂ ਕਰਾਂਗੇ ਜਿਹਦੇ ਨਾਲ ਸਾਡੀ ਉਸ ਪੰਥਕ ਸ਼ਾਖ ਨੂੰ ਸੱਟ ਵੱਜੇ, ਜਿਵੇਂ ਬਾਦਲ ਪਰਿਵਾਰ ਨੇ ਕੀਤਾ ਹੈਗਾ, ਜਿਹਦੇ ਵਿਰੋਧ ਕਰਕੇ ਅਸੀਂ ਅੱਜ ਉਸ ਪਾਰਟੀ ਤੋਂ ਅੱਡ ਹੋਏ ਹਾਂ। ਸੋ ਸਾਡੀ ਇਹ ਲੜਾਈ ਹੈ। ਦੇਖੋ ਉਹਨਾਂ ਨੇ ਮੁੱਦੇ ਲਿਆਂਦੇ ਨੇ, ਉਹਨਾਂ ਨੇ ਨਾ ਤਾਂ ਪੰਜਾਬ ਦਾ ਕੋਈ ਅਕਾਲੀ ਦਲ ਨੇ ਜਿਹੜੇ ਮੁੱਦੇ ਚੱਕੇ ਸੀ, ਨਾ ਤਾਂ ਪੰਜਾਬ ਦੇ ਪਾਣੀਆਂ ਦੀ ਕੋਈ ਗੱਲ ਕੀਤੀ ਹੈ ਆਪਦੇ ਉਸ ਮੈਨੀਫੈਸਟੋ ਦੇ ਵਿੱਚ, ਜਿਹੜਾ 13 ਪੁਆਇੰਟ ਕੱਢੇ ਉਹਨਾਂ ਨੇ, ਨਾ ਉਹਦੇ ਵਿੱਚ ਪੰਜਾਬ ਦੀ ਰਾਜਧਾਨੀ ਦੀ ਗੱਲ ਹੈ, ਨਾ ਸੂਬੇ ਨੂੰ ਵੱਧ ਅਧਿਕਾਰਾਂ ਦੀ ਗੱਲ ਹੈ, ਜੋ ਫੈਡਰਲ ਢਾਂਚੇ ਵਾਸਤੇ ਅਕਾਲੀ ਦਲ ਲੜਾਈ ਲੜਦਾ ਰਿਹਾ ਵੀ ਸੂਬੇ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਨੇ, ਨਾ ਹੀ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੈ। ਫਿਰ ਦੱਸੋ ਜੇ ਅਸਲੀ ਸਾਰੇ ਪੁਰਾਣੇ ਮੁੱਦੇ ਛੱਡਤੇ ਫਿਰ ਉਹ ਅਕਾਲੀ ਦਲ ਕਾਹਦਾ ਰਹਿ ਗਿਆ? ਉਹ ਤਾਂ ਬਾਕੀ ਸਾਰੀਆਂ ਆਮ ਜਿਹੜੀਆਂ ਸਿਆਸੀ ਪਾਰਟੀਆਂ ਰੋਜ਼ ਬਣਦੀਆਂ ਰੋਜ਼ ਖਤਮ ਹੁੰਦੀਆਂ, ਉਹਨਾਂ ਵਾਂਗੂ ਬਣ ਕੇ ਰਹਿ ਗਏ ਉਹ। ਦੇਖੋ ਹਜੇ ਤੱਕ ਕੋਈ ਗੱਲ ਨਹੀਂ ਹੋਈ, ਜੇ ਆਉਂਦੀ ਹੈ ਦੇਖੋ ਜੇ ਤਾਂ ਬਹੁਤ ਕੁਛ ਹੁੰਦਾ, ਜੇ ਨੂੰ ਤਾਂ ਮੈਂ ਜੇ ਦਾ ਤਾਂ ਜਵਾਬ ਨਹੀਂ ਦੇ ਸਕਦਾ, ਪਰ ਅੱਜ ਤੱਕ ਸਾਡੀ ਹੁਣ ਕੋਈ ਹਜੇ ਉਹਨਾਂ ਨਾਲ ਗੱਲ ਨਹੀਂ ਕੀਤੀ। ਪਿਛਲੇ ਦਿਨਾਂ 'ਚ ਥੋੜ੍ਹੀ ਚਰਚਾ ਉੱਠੀ, ਸੋਸ਼ਲ ਮੀਡੀਆ 'ਚ ਵੀ ਉੱਠੀ ਸੀ, ਉਹ ਤੋਂ ਬਾਅਦ ਰਾਘਵ ਚੱਡਾ ਜੀ ਨੇ ਕੋਈ ਬਿਆਨ ਆਇਆ ਸੀਗਾ ਉਹਨਾਂ ਦੇ ਟਵੀਟ ਕਰਨ ਤੋਂ ਬਾਅਦ ਵੀ ਸਾਡੀ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ, ਅਤੇ ਢੀਂਡਸਾ ਸਾਹਿਬ ਨੇ ਵੀ ਇੱਕ ਨਿੱਜੀ ਚੈਨਲ ਦੇ ਉੱਤੇ ਗੱਲ ਕੀਤੀ ਸੀਗੀ ਕਿ ਆਮ ਆਦਮੀ ਪਾਰਟੀ ਨਾਲ ਸਾਡਾ ਕੋਈ ਸਮਝੌਤਾ ਨਹੀਂ ਅਜੇ ਤੱਕ। ਕੀ ਲੱਗਦਾ ਕਿ ਆਉਣ ਵਾਲੇ ਅੱਜ ਅੱਗੇ ਭਵਿੱਖ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ ਵੀ ਕਿਹੜਾ ਕੀ ਹਾਲਾਤ ਕੀ ਸਮੀਕਰਨ ਬਣਨੇ ਪੰਜਾਬ 'ਚ? ਸਾਡਾ ਸੰਯੁਕਤ ਅਕਾਲੀ ਦਲ ਆਪਣੇ ਬਲਬੂਤੇ 'ਤੇ ਲੜੂਗਾ, ਅਸੀਂ ਆਪਦੇ ਬਲਬੂਤੇ 'ਤੇ ਚੋਣ ਲੜਾਂਗੇ। ਕੋਈ ਕਿਸੇ ਦੇ ਬਲਬੂਤੇ ਤਾਂ ਕੋਈ ਲੜ ਹੀ ਨਹੀਂ ਸਕਦਾ, ਨਾ ਹੀ ਕੋਈ ਆਪਦੇ ਬਲਬੂਤੇ ਦੂਜੇ ਨੂੰ ਲੜਨ ਦੇਵੇ। ਸੋ ਅਸੀਂ ਆਪਦੇ ਬਲਬੂਤੇ 'ਤੇ ਤਿਆਰੀ ਕਰ ਰਹੇ ਹਾਂ ਅਤੇ ਚੋਣ ਲੜਾਂਗੇ। ਮੈਂ ਪਹਿਲਾਂ ਤਾਂ ਸਾਰੇ ਸਤਿਕਾਰਯੋਗ ਜਿੰਨੇ ਪ੍ਰਿੰਟ ਮੀਡੀਆ ਸਾਰੇ ਮੀਡੀਆ ਨੂੰ ਜਿੰਨਾ ਵੀ ਹੈ ਸਾਰਿਆਂ ਦਾ ਧੰਨਵਾਦ ਕਰਦਾ, ਮਾਫ਼ੀ ਵੀ ਮੰਗਦਾ ਕਿ 15-20 ਮਿੰਟ ਅੱਧਾ ਘੰਟਾ ਅਸੀਂ ਲੇਟ ਹੋ ਗਏ। ਸੋ ਇਸ ਕਰਕੇ ਅੱਜ ਪਰਮਿੰਦਰ ਢੀਂਡਸਾ ਜੀ ਦਾ ਨਿੱਜੀ ਦੌਰਾ ਸੀਗਾ ਹਲਕਾ ਖੰਨੇ ਦੇ ਵਿੱਚ, ਇਹਨਾਂ ਦੇ ਕੋਈ ਇੱਥੇ ਦੋਸਤ ਨੇ ਉਹਨਾਂ ਦੇ ਉਹਨਾਂ ਦੇ ਕੋਲ ਸਪੈਸ਼ਲ ਇਹਨਾਂ ਦੇ ਕੋਈ ਆਪਦਾ ਨਿੱਜੀ ਸੀਗਾ ਪ੍ਰੋਗਰਾਮ। ਅਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਫਿਰ ਰਿਕੁਐਸਟ ਕੀਤੀ ਵੀ ਤੁਸੀਂ
साढ़े खन्ने आए हो तो मैं थोड़े न दो मिनट दो चार सज्जन मित्र मिलाने ने तो कहते कोई गल नहीं भी मैं जाता जाता मिल लैंना। सो इस करके मैं परमिंदर ढींडसा जी जिहड़े साडी पार्टी दे आउण वाला भविख, क्योंकि देखो सानू इन्हां तों सीखण नूं बहुत कुछ मिलता। की मिलता कि इन्हां दे विच जिहड़ी निम्रता वा उह किसी मैं लीडर दे विच नहीं देखी, बहुत नेड़े हो के देखण नूं मिलिया, तो इन्हां तों सीखण नूं भी बहुत कुछ आ। फिर वित्त मंत्री रहे ने, होर रहे ने, ते अजकल तां जे किसी नूं माड़ा जिहा कोई महल्ले की प्रधानगी मिल जाए उही सड़क नूं सारी अद्धी दब के तुरदा। सो इस करके ਇਹਨਾਂ ਦਾ ਜਿਹੜਾ ਮਾਣ ਸਤਿਕਾਰ ਆ ਸਾਡੀ ਪਾਰਟੀ ਦੇ ਬਾਦਲ ਦੇ ਕੈਪਟਨ ਅਮਰਿੰਦਰ ਸਿੰਘ ਦੀ ਨਿਮਰਤਾ ਨਹੀਂ ਦੇਖੀ ਤੁਹਾਨੂੰ? ਨਹੀਂ, ਅਸੀਂ ਤਾਂ ਦੇਖੀ ਨਹੀਂ, ਤੁਸੀਂ ਦੇਖੀ ਹੋ, ਤੁਹਾਡੇ ਤੁਸੀਂ ਜ਼ਿਆਦਾ ਮਿਲਦੇ ਰਹੇ ਹੋ, ਅਤੇ ਕਿਉਂਕਿ ਅਸੀਂ ਤਾਂ ਜਿਹਦੇ ਨਾਲ ਖੜ ਜਾਂਦੇ ਹਾਂ ਸਾਰੀ ਜ਼ਿੰਦਗੀ ਉਹਦੇ ਨਾਲ ਹੀ ਲਾ ਦਿੰਦੇ ਹਾਂ। ਅਸੀਂ ਤਾਂ 90 ਤੋਂ ਲੈ ਕੇ 2020 ਤੱਕ ਬਾਦਲ ਪਰਿਵਾਰ ਨਾਲ ਖੜੇ ਹਾਂ, ਅਸੀਂ ਹੋਰ ਕਿਸੇ ਪਾਸੇ ਨਹੀਂ ਚੱਕੇ। ਅਤੇ ਜਦੋਂ ਉਹਨਾਂ ਨੇ ਬਰਗਾੜੀ ਅਤੇ ਹੋਰ ਇੱਦਾਂ ਦੇ ਮੁੱਦੇ ਚੱਕੇ ਜਿਨ੍ਹਾਂ ਨੂੰ ਉਹਨਾਂ ਨੇ ਸੋਲਵ ਨਹੀਂ ਕੀਤਾ, ਅਤੇ ਸਰਦਾਰ ਢੀਂਡਸਾ ਸਾਹਿਬ ਵਰਗੇ ਸਾਨੂੰ ਜਦੋਂ ਪਲੇਟਫਾਰਮ ਬਹੁਤ ਵਧੀਆ ਸਟਰੋਂਗ ਮਿਲਿਆ ਤਾਂ ਅਸੀਂ ਅਲਵਿਦਾ ਕਹਿਤਾ। ਇੱਕ ਕਈ ਬੰਦਿਆਂ ਨੂੰ ਹੁੰਦਾ ਵੀ ਪਾਰਟੀ ਛੱਡਤੀ ਹੈ ਨਾ, ਇੱਕ ਪਾਰਟੀ ਛੱਡਣੀ ਹੁੰਦੀ ਹੈ ਅਤੇ ਵੱਡੀ ਪਾਰਟੀ 'ਚ ਜਾਂਦੇ ਆ ਲੋਕ। ਅਸੀਂ ਤਖ਼ਤ ਹਜ਼ਾਰੇ ਨੂੰ ਲੱਤ ਮਾਰੀ ਹੈ, ਜਿਹੜਾ ਇੱਕ ਬਹੁਤ ਵੱਡਾ ਗੁੰਮਟ ਸੀਗਾ ਨਾ, ਬਹੁਤ ਵੱਡਾ ਇੱਕ ਦਾਮ ਜਾਮ ਸੀ ਜਿਹਦੇ 'ਚ ਇੱਕ ਛੋਟਾ ਜਿਹਾ ਅਹੁਦਾ ਲੈਣ ਵਾਸਤੇ ਵੀ ਲੋਕ ਤਰਸਦੇ ਨੇ। ਅਸੀਂ ਸਾਰਿਆਂ ਨੇ ਜਿੰਨੇ ਬਾਦਲ ਨੂੰ ਛੱਡ ਕੇ ਆਏ ਹਾਂ ਸਾਰਿਆਂ ਨੇ ਉਸ 'ਚ ਤਖ਼ਤ ਹਜ਼ਾਰੇ ਨੂੰ ਲੱਤ ਮਾਰ ਕੇ ਅੱਜ ਅਸੀਂ ਕਣਕ ਦਾ ਛਿੱਟਾ ਦਿੱਤਾ। ਬੱਲੀਆਂ ਕਦੋਂ ਲੱਗਣੀਆਂ ਨੇ, ਕੀ ਹੋਣਾ, ਕੀ ਰਿਜ਼ਲਟ ਆਉਣਾ, ਬਾਅਦ ਦੀ ਗੱਲ ਆ। ਅਸੀਂ ਕਿਸਾਨਾਂ ਨੂੰ ਮੇਨ ਕਿਸਾਨਾਂ ਦਾ ਅਸੀਂ ਜਿੱਥੋਂ ਅਸੀਂ ਸਾਰੇ ਮੀਡੀਆ ਵਾਲੇ ਮੈਨੂੰ ਜਾਣਦੇ ਹੋ, ਸਾਡੀ ਪਾਰਟੀ ਨੂੰ ਵੀ ਜਾਣਦੇ, ਮੇਰੀ ਭੈਣ ਆ ਨਾਲ ਯੂਥ ਵਾਲੇ ਆ, ਹੋਰ ਜਿਸ ਦਿਨ ਦਾ ਕਿਸਾਨਾਂ ਦਾ ਸ਼ੁਰੂ ਹੋਇਆ ਸੰਘਰਸ਼ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਉਹਨਾਂ ਦੇ ਝੰਡੇ ਥੱਲੇ ਕੰਮ ਕਰ ਰਹੇ ਹਾਂ। ਸਾਨੂੰ ਕਿਸੇ ਬਾਦਲ ਵਾਲੇ ਦਾ, ਕਿਸੇ ਕਾਂਗਰਸੀਏ ਦਾ, ਕਿਸੇ ਹੋਰ ਪਾਰਟੀ ਵਾਲੇ ਦਾ ਕੋਈ ਮਤਲਬ ਨਹੀਂ। ਅਸੀਂ ਇੱਥੇ ਦੀ ਪਬਲਿਕ ਨੂੰ ਸੰਯੁਕਤ ਵੱਲੋਂ ਵਿਸ਼ਵਾਸ ਦਿਵਾਉਂਦੇ ਹਾਂ। ਮੇਰੇ ਸੀਨੀਅਰ ਲੀਡਰ ਮੇਰੇ ਨਾਲ ਬੈਠੇ ਨੇ ਸਤਿਕਾਰਯੋਗ ਢੀਂਡਸਾ ਸਾਹਿਬ, ਜਿਸ ਕਿਸੇ ਨੂੰ ਵੀ ਤਿੰਨ ਚੀਜ਼ਾਂ ਦਾ ਮੈਂ ਏਜੰਡਾ ਲੈ ਕੇ ਇੱਥੇ ਬੈਠਾ ਖੰਨੇ ਦੇ ਵਿੱਚ, ਕਰੈਕਟਰ ਦਾ, ਦਲਾਲੀ ਦਾ, ਨਸ਼ਾ ਵੇਚਣ ਦਾ ਅਤੇ ਨਸ਼ਾ ਖਰੀਦਣ ਵਾਲੇ ਦਾ, ਇਹ ਤਿੰਨ ਚੀਜ਼ਾਂ ਤੋਂ ਬਿਨਾਂ ਜੋ ਜਿਹੜਾ ਮਰਜ਼ੀ ਬੰਦਾ ਸਾਡੇ ਨਾਲ ਸੰਪਰਕ ਕਰੇ, ਸਾਡੇ ਨਾਲ ਮੈਂਬਰ ਬਣੇ, ਸਾਡਾ ਸਾਡੀ ਪਾਰਟੀ ਨੂੰ ਹੌਸਲਾ ਦੇਵੇ, ਪਰ ਅਸੀਂ ਇਹ ਤਿੰਨ ਬੰਦਿਆਂ ਤੋਂ ਦੂਰ ਰਹਾਂਗੇ। ਅਸੀਂ ਸਾਨੂੰ ਕਰਪਟ ਬੰਦਾ ਨਹੀਂ ਚਾਹੀਦਾ, ਸਾਨੂੰ ਕਰੈਕਟਰਲੈਸ ਨਹੀਂ ਬੰਦਾ ਚਾਹੀਦਾ, ਸਾਨੂੰ ਆਹ ਚਿੱਟੇ ਨਸ਼ੇ ਵਾਲਾ ਨਹੀਂ ਚਾਹੀਦਾ। ਸੋ ਇਸ ਕਰਕੇ ਢੀਂਡਸਾ ਸਾਹਿਬ ਦੀ ਹਾਜ਼ਰੀ ਦੇ ਵਿੱਚ ਮੈਂ ਤੁਹਾਡੀ ਸਾਰੀ ਪ੍ਰੈਸ ਦੇ ਸਾਹਮਣੇ ਇਹ ਕਹਿਣਾ ਵੀ ਇਹਨਾਂ ਦਾ ਆਉਣ 'ਤੇ ਮੈਂ ਜੀ ਆਇਆਂ, ਧੰਨਵਾਦ ਕਰਦਾ ਜਿਨ੍ਹਾਂ ਨੇ ਆਪਦਾ ਕੀਮਤੀ ਸਮਾਂ ਕੱਢ ਕੇ ਅਤੇ ਸਾਨੂੰ ਇੱਥੇ ਪਹੁੰਚ ਕੇ ਸਾਰਿਆਂ ਨੇ ਕੀਤਾ, ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।